केंद्र सरकार वालों खेतीबाड़ी संबंधी पास किए गए बिलों के विरोध च अज मुकेरियां विखे वख वख किसान जथेबंदियों वालों हरसा मानसर टोल प्लाजा ते केंद्र सरकार विरुद्ध रोस प्रदर्शन करदिया होया टोल प्लाजा ते आउण जाण वाले राहगीरां नूं टोल तो फ्री लंघाया गया। इस मौके केंद्र सरकार ते वरदिया होया किसान आगुआ ने कहा कि जदों तक केंद्र सरकार इन्हां बिलों नूं वापस नहीं लै लैंदी उदों तक उन्हां वालों रोस धरने जारी रखे जाणगे ते भविख च किसान जथेबंदियों वालों अपने संघर्ष की रूपरेखा होर भी तेज़ की जाएगी जिसकी सारी जिम्मेवारी केंद्र की भाजपा सरकार की होगी। मुकेरियां तो हुशियारपुर न्यूज़ के नाल दिलबाग सिंह गुरैया की रिपोर्ट। बहुत सारे बिल जिहड़े आ करोना की आड़ दे विच जिहड़े आ उह जनता के खिलाफ जिहड़े लै आउंदे उहदे विच मजदूरी खिलाफ ते किसानां दे खिलाफ भी तीन आर्डीनेंस जिहड़े आ ਉਹ ਲੋਕਾਂ ਦੇ ਰੂਬਰੂ ਇਹਨਾਂ ਨੇ ਕਰਤੇ ਜਿਨ੍ਹਾਂ ਨੂੰ ਕਾਨੂੰਨ ਬਣਾ ਲਿਆ ਉਹਦੇ ਨਾਲ ਲੋਕਾਂ ਦੇ ਨਾਲ ਪਬਲਿਕ ਦੇ ਨਾਲ ਬਿਲਕੁਲ ਧੱਕਾ ਹੋ ਰਿਹਾ ਕਿਉਂਕਿ ਮੰਡੀਕਰਨ ਬੋਰਡ ਜਿਹੜਾ ਇਹ ਬਿਲਕੁਲ ਵਧੀਆ ਚੱਲਦਾ ਅਤੇ ਇਹਦੀ ਕਦੇ ਵੀ ਕਿਸੇ ਦੇ ਇਹਦੇ ਵਿੱਚ ਕੋਈ ਸੁਧਾਰ ਦੀ ਮੰਗ ਨਹੀਂ ਕੀਤੀ। ਮੋਦੀ ਸਰਕਾਰ ਨੇ ਆਪਣੀ ਮਨਮਰਜ਼ੀ ਦੇ ਨਾਲ ਹੀ ਐਡੇ ਵੱਡੇ ਵਧੀਆ ਮੰਡੀਕਰਨ ਬੋਰਡ ਨੂੰ ਜਿਹੜਾ ਉਹ ਤੋੜਨ ਦਾ ਰਸਤਾ ਜਿਹੜਾ ਅਪਣਾ ਲਿਆ ਅਤੇ ਇੱਕ ਘਰਾਣੇ ਦੇ ਹਵਾਲੇ ਸਾਰਾ ਹਿੰਦੁਸਤਾਨ ਦਾ ਜਿਹੜਾ ਆਰਥਿਕ ਢਾਂਚਾ ਹੈ ਉਹਨੂੰ ਇਹਨਾਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਅਤੇ ਉਹਨੂੰ ਅਮਲ ਦੇਣ ਦੇ ਲਈ ਇਹਨੇ ਰਾਸ਼ਟਰਪਤੀ ਤੋਂ ਕਰੋਨਾ ਦੀ ਆੜ ਦੇ ਵਿੱਚ ਹੀ ਸਾਈਨ ਕਰਾ ਕੇ ਅਤੇ ਸੰਸਦ ਦੇ ਵਿੱਚ ਧੱਕੇ ਨਾਲ ਜਿਹੜੇ ਆ ਰਾਜ ਸਭਾ ਦੇ ਵਿੱਚ ਇਹ ਜਿਹੜੇ ਬਿੱਲ ਪਾਸ ਕਰਕੇ ਅਤੇ ਇਹ ਲੋਕਾਂ 'ਤੇ ਧੱਕੇ ਦੇ ਨਾਲ ਹੀ ਥੋਪ ਦਿੱਤੇ ਜਦੋਂ ਕਿ ਦੇਸ਼ ਦੀ ਜਿਹੜੀ 70% ਜਨਤਾ ਜਿਹੜੀ ਹੈ ਉਹ ਮੋਦੀ ਸਰਕਾਰ ਦੇ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਹੈ ਕਿਉਂਕਿ ਇਹ ਜਿਹੜੀ ਆਵਾਜ਼ ਹੈ ਇਸ ਨੂੰ ਬੜੇ ਜ਼ੋਰ ਨਾਲ ਦਬਾਇਆ ਜਾ ਰਿਹਾ ਜਦਕਿ ਇੱਕ ਦਿਨ ਇਹ ਇੰਨਾ ਜ਼ਿਆਦਾ ਜ਼ੋਰ ਫੜ ਜਾਏਗੀ ਕਿ ਜਿਹੜੀ ਮੋਦੀ ਸਰਕਾਰ ਹੈ ਜਿਵੇਂ ਐਮਰਜੈਂਸੀ ਲਾਈ ਸੀ ਇੰਦਰਾ ਗਾਂਧੀ ਨੇ 1974 ਦੇ ਵਿੱਚ ਉਸ ਨੂੰ ਤੋੜਿਆ ਗਿਆ ਇਸੇ ਤਰੀਕੇ ਨਾਲ ਇਹਦੀ ਸਰਕਾਰ ਜਿਹੜੀ ਹੈ ਉਹ ਹਿੰਦੁਸਤਾਨ ਦੇ ਵਿੱਚ ਜਿਹੜੀ ਚੱਲਦੀ ਹੋ ਜਾਏਗੀ। 31 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਿਹੜੀ ਆ ਅੱਜ 7 ਤਰੀਕ ਨੂੰ ਵੀ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਜੇ ਸਰਕਾਰ ਉਹਨਾਂ ਨਾਲ ਗੱਲ ਕਰਨੀ ਚਾਹੇਗੀ ਕਿਸਾਨਾਂ ਦੇ ਨੁਮਾਇੰਦਿਆਂ ਦੇ ਨਾਲ ਤਾਂ ਉਹ ਸਾਨੂੰ ਉਸ ਇਹ ਜਿਹੜੇ ਜੋ ਕਿਸਾਨ ਜਥੇਬੰਦੀਆਂ ਜੋ ਫੈਸਲੇ ਲੈਣਗੇ ਉਹ ਤਾਂ ਭਰੋਸਾ ਹੋਏਗਾ ਵੀ ਜਿਹੜੇ ਆਰਡੀਨੈਂਸ ਹੈ ਕਿਸਾਨ ਜਥੇਬੰਦੀਆਂ ਨੇ ਜਿਹੜਾ ਸਾਨੂੰ ਸੱਦਾ ਦਿੱਤੇ ਆ ਸਾਰੀਆਂ 31 ਜਥੇਬੰਦੀਆਂ ਨੇ ਜਦੋਂ ਤੱਕ ਇਹ ਵਾਪਸ ਨਹੀਂ ਹੁੰਦੇ ਉਦੋਂ ਤੱਕ ਕਿਸਾਨ ਜਿਹੜੇ ਹੈ ਉਹ ਚੁੱਪ ਕਰਕੇ ਨਹੀਂ ਬੈਠਣਗੇ। ਅਸੀਂ ਜਿਹੜਾ ਇੱਥੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਟੋਲ ਪਲਾਜ਼ੇ ਨੂੰ ਫ੍ਰੀ ਕੀਤਾ ਹੋਇਆ ਜਾਮ ਲਗਾਇਆ ਹੋਇਆ ਇਹਦਾ ਇੱਕੋ ਹੀ ਇੱਕ ਜਿਹੜਾ ਸੀਗਾ ਮਨੋਰਥ ਸਾਡਾ ਸੀਗਾ ਵੀ ਜਿੱਦਾਂ ਸੈਂਟਰ ਦੀ ਸਰਕਾਰ ਨੇ ਇਸ ਵੇਲੇ ਜਿਹੜੇ ਕਿਸਾਨ ਆਰਡੀਨੈਂਸ ਲੈ ਕੇ ਆਉਂਦੇ ਆ ਔਰ ਅਸੀਂ ਪੁਰਜ਼ੋਰ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਜਿਹੜੀ ਰਾਹਤ ਹੈ ਉਹ ਦਿੱਤੀ ਜਾਵੇ ਅਤੇ ਜਿਹੜੀ MSP ਹੈ ਇਹਨੂੰ ਬਹਾਲ ਰੱਖਿਆ ਜਾਵੇ। ਜਿਹੜੀਆਂ ਇਹ ਗੱਲਾਂ ਕਨਸੋਈਆਂ ਆ ਰਹੀਆਂ ਨੇ ਕਿ ਇਸ ਨੂੰ ਬਹਾਲ ਰੱਖਿਆ ਜਾਊਗਾ ਕਿਸਾਨ ਜਥੇਬੰਦੀਆਂ ਦੀ ਅਤੇ ਉਹਦੀਆਂ ਸਹਿਯੋਗੀ ਜਥੇਬੰਦੀਆਂ ਦੀ ਇਹ ਮੰਗ ਹੈ ਵੀ ਜੇਕਰ ਵਾਕਈ MSP ਨੂੰ ਤੁਸੀਂ ਬਹਾਲ ਰੱਖਣਾ ਹੈ ਤਾਂ ਇਹਨੂੰ ਇੱਕ ਕਾਨੂੰਨ ਦੀ ਸ਼ਕਲ ਦੇ ਵਿੱਚ ਲੈ ਕੇ ਆਉਂਦਾ ਜਾਵੇ ਤਾਂ ਜੋ ਇੱਕ ਕਾਨੂੰਨ ਜਿਹੜਾ ਹੈ ਉਹ ਆਵੇ ਜਿਹਦੇ ਨਾਲ ਸਾਰਿਆਂ ਨੂੰ ਜਿਹੜਾ ਹੈ ਉਹ ਮੰਨਣ ਯੋਗ ਹੋਵੇ। ਇਸੇ ਕਰਕੇ ਅੱਜ ਜਿਹੜਾ ਅਸੀਂ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਉਸ ਸਮੇਂ ਤੱਕ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਕਰਦੀਆਂ ਰਹਿਣਗੀਆਂ ਜਦੋਂ ਤੱਕ ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਮੰਨੀ ਨਹੀਂ ਜਾਂਦੀ।